ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਉਮੀਦਵਾਰ ਨੇ ਆਪਣਾ ਨਾਂ ਵਾਪਸ ਲੈ ਲਿਆ। ਦੱਸਦੇ ਕਿ ਉਮੀਦਵਾਰ ਜਿਸ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਗਈ ਸੀ ਉਸਨੇ ਹੁਣ ਟਿਕਟ ਵਾਪਸ ਕਰ ਦਿੱਤੀ, ਆਪਣਾ ਨਾਂ ਵਾਪਸ ਲੈ ਲਿਆ। ਸ਼੍ਰੋਮਣੀ ਅਕਾਲੀ ਦਲ ਦੇ ਲਈ ਇੱਕ ਨਵਾਂ ਸੰਕਟ ਖੜਾ ਹੋ ਗਿਆ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸੀਟ ਤੋਂ ਕਿਸ ਉਮੀਦਵਾਰ ਨੂੰ ਚੋਣ ਲੜਾਈ ਜਾਵੇਗੀ। ਲੋਕ ਸਭਾ ਚੋਣਾਂ ਦੇ ਵਿੱਚ ਇਸ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਸੀ ਪਰ ਹੁਣ ਉਮੀਦਵਾਰ ਮੈਦਾਨ ਛੱਡ ਗਿਆ, ਟਿਕਟ ਵਾਪਸ ਕਰ ਦਿੱਤੀ, ਆਪਣਾ ਨਾਂ ਵਾਪਸ ਲੈ ਲਿਆ। ਦੱਸਦੇ ਕਿ ਚੰਡੀਗੜ੍ਹ ਲੋਕ ਸਭਾ ਦੀ ਟਿਕਟ ਆ ਜਿਹੜੀ ਉਹ ਹਰਦੀਪ ਸਿੰਘ ਬੁਟਰੇਲਾ ਨੂੰ ਦਿੱਤੀ ਸੀ ਜਿਸ ਨੇ ਹੁਣ ਟਿਕਟ ਨੂੰ ਵਾਪਸ ਕਰ ਦਿੱਤਾ। ਚੰਡੀਗੜ੍ਹ ਤੋਂ ਚੋਣ ਨਹੀਂ ਲੜਨਾ ਚਾਹੁੰਦੇ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਾ। ਚੰਡੀਗੜ੍ਹ ਤੋਂ ਲੋਕ ਸਭਾ ਦੀ ਟਿਕਟ ਅਕਾਲੀ ਦਲ ਨੇ ਹਰਦੀਪ ਸਿੰਘ ਬੁਟਰੇਲਾ ਨੂੰ ਦਿੱਤੀ ਸੀ ਜਿਸ ਨੇ ਚੋਣ ਲੜਨ ਤੋਂ ਨਾ ਕਰ ਦਿੱਤੀ ਔਰ ਆਪਣਾ ਨਾਮ ਵਾਪਸ ਲੈ ਲਿਆ। ਤਾਂ ਹੁਣ ਦੇਖਣਾ ਹੋਵੇਗਾ ਕਿ ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਕਿਸ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰੇਗਾ। ਇੱਕ ਤਰੀਕੇ ਨਾਲ ਨਵਾਂ ਸੰਕਟ ਅਕਾਲੀ ਦਲ ਦੇ ਲਈ ਖੜਾ ਹੋ ਗਿਆ। ਹਰਦੀਪ ਸਿੰਘ ਬੁਟਰੇਲਾ ਇਕਲੌਤੇ ਇੱਥੋਂ ਦੇ ਕੌਂਸਲਰ ਸਨ ਚੰਡੀਗੜ੍ਹ ਦੇ ਜਿਨ੍ਹਾਂ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਗਈ ਸੀ ਤਾਂ ਉਹ ਵੀ ਹੁਣ ਮੈਦਾਨ ਛੱਡ ਕੇ ਭੱਜ ਚੁੱਕੇ ਨੇ, ਲਿਹਾਜ਼ਾ ਉਹਨਾਂ ਦੇ ਵੱਲੋਂ ਚੋਣ ਨਹੀਂ ਲੜੀ ਜਾਵੇਗੀ। ਚੰਡੀਗੜ੍ਹ ਤੋਂ ਲੋਕ ਸਭਾ ਦੀ ਟਿਕਟ ਹਰਦੀਪ ਸਿੰਘ ਬੁਟਰੇਲਾ ਨੂੰ ਦਿੱਤੀ ਗਈ ਸੀ ਜੋ ਹੁਣ ਨਹੀਂ ਲੜਨਗੇ। ਉਹਨਾਂ ਦੀ ਜਗ੍ਹਾ 'ਤੇ ਅਕਾਲੀ ਦਲ ਕਿਸ ਉਮੀਦਵਾਰ ਨੂੰ ਚੰਡੀਗੜ੍ਹ ਤੋਂ ਚੋਣ ਮੈਦਾਨ ਦੇ ਵਿੱਚ ਉਤਾਰੇਗਾ, ਇਸ 'ਤੇ ਵੀ ਸਭ ਦੀਆਂ ਨਜ਼ਰਾਂ ਬਣੀਆਂ ਰਹਿਣਗੀਆਂ। ਪਰ ਇੱਕ ਤਰੀਕੇ ਨਾਲ ਵੱਡਾ ਸੰਕਟ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਖੜਾ ਜ਼ਰੂਰ ਹੋ ਚੁੱਕਿਆ। ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਉਮੀਦਵਾਰ ਨੇ ਆਪਣਾ ਨਾਂ ਵਾਪਸ ਲੈ ਲਿਆ। ਦੱਸਦੇ ਕਿ ਉਮੀਦਵਾਰ ਜਿਸ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਗਈ ਸੀ ਉਸਨੇ ਹੁਣ ਟਿਕਟ ਵਾਪਸ ਕਰ ਦਿੱਤੀ, ਆਪਣਾ ਨਾਂ ਵਾਪਸ ਲੈ ਲਿਆ। ਸ਼੍ਰੋਮਣੀ ਅਕਾਲੀ ਦਲ ਦੇ ਲਈ ਇੱਕ ਨਵਾਂ ਸੰਕਟ ਖੜਾ ਹੋ ਗਿਆ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸੀਟ ਤੋਂ ਕਿਸ ਉਮੀਦਵਾਰ ਨੂੰ ਚੋਣ ਲੜਾਈ ਜਾਵੇਗੀ। ਲੋਕ ਸਭਾ ਚੋਣਾਂ ਦੇ ਵਿੱਚ ਇਸ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਸੀ ਪਰ ਹੁਣ ਉਮੀਦਵਾਰ ਮੈਦਾਨ ਛੱਡ ਗਿਆ, ਟਿਕਟ ਵਾਪਸ ਕਰ ਦਿੱਤੀ, ਆਪਣਾ ਨਾਂ ਵਾਪਸ ਲੈ ਲਿਆ। ਦੱਸਦੇ ਕਿ ਚੰਡੀਗੜ੍ਹ ਲੋਕ ਸਭਾ ਦੀ ਟਿਕਟ ਆ ਜਿਹੜੀ ਉਹ ਹਰਦੀਪ ਸਿੰਘ ਬੁਟਰੇਲਾ ਨੂੰ ਦਿੱਤੀ ਸੀ ਜਿਸ ਨੇ ਹੁਣ ਟਿਕਟ ਨੂੰ ਵਾਪਸ ਕਰ ਦਿੱਤਾ। ਚੰਡੀਗੜ੍ਹ ਤੋਂ ਚੋਣ ਨਹੀਂ ਲੜਨਾ ਚਾਹੁੰਦੇ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਾ। ਚੰਡੀਗੜ੍ਹ ਤੋਂ ਲੋਕ ਸਭਾ ਦੀ ਟਿਕਟ ਅਕਾਲੀ ਦਲ ਨੇ ਹਰਦੀਪ ਸਿੰਘ ਬੁਟਰੇਲਾ ਨੂੰ ਦਿੱਤੀ ਸੀ ਜਿਸ ਨੇ ਚੋਣ ਲੜਨ ਤੋਂ ਨਾ ਕਰ ਦਿੱਤੀ ਔਰ ਆਪਣਾ ਨਾਮ ਵਾਪਸ ਲੈ ਲਿਆ। ਤਾਂ ਹੁਣ ਦੇਖਣਾ ਹੋਵੇਗਾ ਕਿ ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਕਿਸ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰੇਗਾ। ਇੱਕ ਤਰੀਕੇ ਨਾਲ ਨਵਾਂ ਸੰਕਟ ਅਕਾਲੀ ਦਲ ਦੇ ਲਈ ਖੜਾ ਹੋ ਗਿਆ। ਹਰਦੀਪ ਸਿੰਘ ਬੁਟਰੇਲਾ ਇਕਲੌਤੇ ਇੱਥੋਂ ਦੇ ਕੌਂਸਲਰ ਸਨ ਚੰਡੀਗੜ੍ਹ ਦੇ ਜਿਨ੍ਹਾਂ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਗਈ ਸੀ ਤਾਂ ਉਹ ਵੀ ਹੁਣ ਮੈਦਾਨ ਛੱਡ ਕੇ ਭੱਜ ਚੁੱਕੇ ਨੇ, ਲਿਹਾਜ਼ਾ ਉਹਨਾਂ ਦੇ ਵੱਲੋਂ ਚੋਣ ਨਹੀਂ ਲੜੀ ਜਾਵੇਗੀ। ਚੰਡੀਗੜ੍ਹ ਤੋਂ ਲੋਕ ਸਭਾ ਦੀ ਟਿਕਟ ਹਰਦੀਪ ਸਿੰਘ ਬੁਟਰੇਲਾ ਨੂੰ ਦਿੱਤੀ ਗਈ ਸੀ ਜੋ ਹੁਣ ਨਹੀਂ ਲੜਨਗੇ। ਉਹਨਾਂ ਦੀ ਜਗ੍ਹਾ 'ਤੇ ਅਕਾਲੀ ਦਲ ਕਿਸ ਉਮੀਦਵਾਰ ਨੂੰ ਚੰਡੀਗੜ੍ਹ ਤੋਂ ਚੋਣ ਮੈਦਾਨ ਦੇ ਵਿੱਚ ਉਤਾਰੇਗਾ, ਇਸ 'ਤੇ ਵੀ ਸਭ ਦੀਆਂ ਨਜ਼ਰਾਂ ਬਣੀਆਂ ਰਹਿਣਗੀਆਂ। ਪਰ ਇੱਕ ਤਰੀਕੇ ਨਾਲ ਵੱਡਾ ਸੰਕਟ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਖੜਾ ਜ਼ਰੂਰ ਹੋ ਚੁੱਕਿਆ।